बिस्मिल्लाहिर्रहमानिर्रहीम, अस्सलाम वालेकुम प्यारे दोस्तों, मेरा नाम है आतिफ शहजाद, आप देख रहे हो जानी बेस्ट चैनल। दोस्तों जी, 1 जुलाई 2024 दिन सोमवार है, ਤਾਈ ਤੁਹਾਡੇ ਸਾਹਮਣੇ ਮਾਸ਼ਾਅੱਲਾ ਜੀ ਇੱਕ ਮਾਸ਼ਾਅੱਲਾ ਸਾਡੇ ਪੁਰਾਣੇ ਫਾਰਮਰ ਲੈ ਕੇ ਆਏ ਆ, ਫਿਰ ਤੋਂ ਸਾਡੇ ਚੈਨਲ ਤੇ ਇੱਕ ਵਾਰੀ ਫਿਰ ਤੋਂ ਆਏ ਨੇ ਮਾਸ਼ਾਅੱਲਾ ਜੀ ਬਾਈ ਮੁਹੰਮਦ ਤਾਰਕ। ਮੈਣਾ ਗੁੰਦਲ ਦੀ ਲੋਕੇਸ਼ਨ ਹੈ, ਫਾਰਮ ਦਾ ਨਾਮ ਤਲਾ ਡੇਰੀ ਫਾਰਮ ਹੈ, ਤੇ ਸਾਲਮ ਇੰਟਰਚੇਂਜ ਤੋਂ ਤਕਰੀਬਨ ਤੁਸੀਂ ਕਹਿ ਸਕਦੇ ਹੋ 12 ਤੋਂ 14 ਕਿਲੋਮੀਟਰ, ਮੰਡੀ ਬਾਉਦੀਨ ਗੁਜਰਾਤ ਰੋਡ ਡਬਲ ਰੋਡ ਆ ਰਹੇ ਹੋ ਤੇ ਮੈਣਾ ਗੁੰਦਲ ਹੈ ਚੌਕ 'ਚ, ਜਿਵੇਂ ਇੰਟਰ ਉਸ ਮੈਣਾ ਗੁੰਦਲ ਦਾ ਜਿਹੜਾ ਮੇਨ ਸ਼ਹਿਰ ਹੈ ਥਾਣਾ ਚੌਕ ਹੈ, ਉਹਦੇ ਬੈਕ ਸਾਈਡ ਉੱਤੇ ਫਾਰਮ ਹੈ ਤੇ ਖੂਬਸੂਰਤ ਹੀ ਰਿਹਾ ਤੁਹਾਡੇ ਵਾਸਤੇ ਲੈ ਕੇ ਆਏ। ਅੱਛੀ ਕੁਆਲਿਟੀ ਦੀ ਅਗਰ ਤੁਹਾਨੂੰ ਗਾਂ ਚਾਹੀਦੀ ਹੈ, ਫ੍ਰੀਜ਼ ਡੱਬੀ ਬਾੜੀ ਉਹ ਵੀ ਮਿਲੇਗੀ, ਖਾਂਗੜ ਬਾਖੜੀ ਤੋਕੜ ਚਾਹੀਦੀ ਉਹ ਵੀ ਮਿਲੇਗੀ। ਵੀਡੀਓ 'ਚ ਬੜਾ ਬੜਾ ਸੋਹਣਾ ਮਾਲ ਖਲੋਤਾ ਹੈ, ਡਿਟੇਲ ਪੂਰੀ ਬਾਈ ਤਾਰੇ ਕੋਲ ਲੈਂਦੇ ਹਾਂ। ਸਲਾਮ ਹੋ ਗਿਆ, ਸਿਹਤ ਵੀ ਕਹਿ ਸਕਦੇ, 5-6 ਨਾਲ ਗਏ ਨੇ, 6 ਨਾਲ 5 ਨਾਲ ਸੋਹਣੇ ਹੀ ਰਹੇ, ਸੋਹਣੇ ਇਨਸ਼ਾਅੱਲਾ ਕਿ ਜਦੋਂ ਬਾਅਦ ਕਿਉਂ ਸੋਹਣੇ। ਅਜੇ ਜੀ ਡੱਬੀਆਂ ਬਾੜੀਆਂ ਬਾੜੀਆਂ ਕੁਆਲਿਟੀਆਂ ਪੂਰੀਆਂ ਪੂਰੀਆਂ ਇਨਸ਼ਾਅੱਲਾ। ਰੇਟ ਕੈਸਾ? ਰੇਟ ਇਨਸ਼ਾਅੱਲਾ ਮੁਨਾਸਬ, ਘਟੋ ਘਟ ਰੇਟ ਅੱਜ ਕਿੰਨਾ ਲਾ ਰਹੇ? ਘਟੋ ਘਟ 2,25,000, 2.25 ਲੱਖ ਰੁਪਿਆ। ਤੇ ਮਾਸ਼ਾਅੱਲਾ ਡੱਬੀਆਂ ਬਾੜੀਆਂ ਦੀ ਇੱਕ ਰੁਟੀਨ ਨਾਲ ਰੇਟ ਲੱਗੇ ਨੇ ਇਨਸ਼ਾਅੱਲਾ, ਰੁਟੀਨ। ਸੁਣੀਆਂ ਕਿੰਨੀਆਂ ਇੱਕ ਨੇ ਜੀ? ਤਕਰੀਬਨ ਇਹਨਾਂ ਸਾਰੀਆਂ ਹੀ ਗੱਬਣਾਂ ਦੀ, ਸਾਰੀਆਂ ਹੀ ਗੱਬੜਾਂ ਖਾਂਗੜ ਬਾਕੀ ਸਾਰੀਆਂ। ਦੋਸਤੋ ਜੀ, ਸਾਰੀਆਂ ਹੀ ਗੱਬੜਾਂ ਵਿਖਾਰੀਆਂ ਨੇ, ਖਾਂਗੜੇ ਕੁਆਲਿਟੀ ਵਾਲਾ ਮਾਲ ਇਨਸ਼ਾਅੱਲਾ। ਵੀਡੀਓ ਐਂਡ ਤੱਕ ਦੇਖੋ, ਚੈਨਲ ਤੇ ਵੀ ਸਬਸਕ੍ਰਾਈਬ ਕਰੋ ਤੇ ਰਿਸਪੌਂਸ ਦੇ ਕੇ ਗੱਲ ਦੱਸਣੀ ਹੈ ਕਿ ਮਾਸ਼ਾਅੱਲਾ ਜੀ ਅੱਛਾ ਮਾਲ ਹੋਵੇ ਤੁਹਾਡਾ, ਰੇਟ ਅੱਛਾ ਹੋਵੇ ਤੇ ਫਿਰ ਮਾਸ਼ਾਅੱਲਾ ਜੀ ਮਾਲ ਟਿਕਟਾਂ ਵੀ ਕਿਤਾ। ਲਾਈਕ ਸ਼ੇਅਰ ਜ਼ਰੂਰ ਕਰੋ, ਚੰਤਾ ਪਰ ਨੰਬਰ ਕੀ ਬਲੂ। ਮਜ਼ੀਦ ਇਸ ਤਰ੍ਹਾਂ ਕੀ ਵੀਡੀਓ ਦੇਖਣ ਕੇ ਲਈ ਹਮਾਰੇ ਜਾਨੀ ਬੇਸ ਚੈਨਲ ਕੋ ਸਬਸਕ੍ਰਾਈਬ ਕਰੇਂ ਔਰ ਬੈਲ ਆਈਕਨ ਕੋ ਪ੍ਰੈਸ ਕਰੇਂ ਤਾਕਿ ਮਜ਼ੀਦ ਇਸ ਤਰ੍ਹਾਂ ਕੀ ਵੀਡੀਓ ਕੀ ਨੋਟੀਫਿਕੇਸ਼ਨ ਆਪਕੋ ਟਾਈਮ ਪਰ ਮਿਲਤੀ ਰਹੇ। ਬਿਸਮਿਲ੍ਲਾਹਿਰ੍ਰਹਮਾਨਿਰ੍ਰਹੀਮ। ਦੋਸਤੋ ਜੀ, ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਮਾਸ਼ਾਅੱਲਾ ਜੀ ਬੜੇ ਖੂਬਸੂਰਤ 5 ਤੋਂ 6 ਦਾਣੇ ਵੱਡੇ ਜਾਨਵਰ ਤੇ ਅੱਛੀ ਕਲਾਸ ਕੁਆਲਿਟੀ ਲੈ ਕੇ ਆਇਆ। ਪਹਿਲਾ ਜਾਨਵਰ ਹੈ, ਚਲਾ ਕੇ ਘੁਮਾ ਕੇ ਫਿਰਾ ਕੇ ਜ਼ਰੂਰ ਵਿਖਾਉਣਾ ਹੈ ਬਾਈ ਤਾਰਾ ਕੋਲ। ਸ਼ੁਰੂ ਦੇ ਹੀ ਮਾਸ਼ਾਅੱਲਾ ਤੁਹਾਨੂੰ ਪਤਾ ਅੱਛੀ ਕੁਆਲਿਟੀ ਦਾ ਮਾਲ ਉਹਨਾਂ, ਇਹਨਾਂ ਦੇ ਰੇਟ ਮਾਰਕੀਟ 'ਚ ਬਹੁਤ ਹੀ ਜਾਇਜ਼ ਹੁੰਦੇ ਨੇ, ਜ਼ਿਆਦਾਤਰ ਇਹਨਾਂ ਦਾ ਮਾਲ ਸੇਲ ਆਊਟ ਹੋ ਜਾਂਦਾ। ਦੂਸਰੇ ਜਿਹੜੇ ਫਾਰਮਰ ਲੋਕ ਨੇ ਉਹ ਇਹਨਾਂ ਨਾਲ ਕੀਪ ਇਨ ਟੱਚ ਰਹਿੰਦੇ ਨੇ, ਜਿਵੇਂ ਹੀ ਇਹ ਮਾਲ ਇਹਨਾਂ ਕੋਲ ਪਹੁੰਚਦਾ ਹੈ ਪਹਿਲੇ ਉਹ ਭਰਾ ਕੇ ਗਾਵਾਂ ਸ਼ਾਵਾਂ ਚੁਣ ਕੇ ਲੈ ਜਾਂਦੇ, ਇਸ ਲਈ ਇਹਨਾਂ ਦੀ ਵੀਡੀਓ ਮਿਸ ਰਹੀ ਸਾਡੇ ਚੈਨਲ ਤੇ। ਹੁਣ ਮਾਸ਼ਾਅੱਲਾ ਫਿਰ ਤੋਂ ਇਹਨਾਂ ਨੇ ਆਖਿਆ ਕਿ ਅੱਛੀ ਕੁਆਲਿਟੀ ਚਾਹੀ ਮੌਜੂਦ ਹੈ ਤੇ ਕਿਸੇ ਬ੍ਰਾਂਡ ਨੂੰ ਚਾਹੀਦੀ ਹੋਵੇ, ਰਾਬਤਾ ਕਰ ਲਵੇ, ਸਾਡੇ ਕੋਲ ਅੱਛਾ ਮਾਲ ਖਲੋਤਾ ਹੈ। ਤੇ ਵੀਡੀਓ ਦਾ ਟਾਈਮ ਤੇ ਅਸੀਂ ਮਾਸ਼ਾਅੱਲਾ ਜਿਹੜੇ ਵੀ ਅੱਛੇ ਫਾਰਮਰ ਚੱਲਦੇ ਨੇ, ਜਿਹੜੇ ਕੰਮ 1 ਨੰਬਰ ਕਰਦੇ ਨੇ, ਇਨਸ਼ਾਅੱਲਾ ਅਸੀਂ ਉਹਨਾਂ ਵਾਸਤੇ 24 ਘੰਟੇ ਹਾਜ਼ਰ ਹਾਂ। ਤਾਰਕ ਬਾਈ, ਅਗਰ ਗੱਲ ਕਰੀਏ ਮਾਸ਼ਾਅੱਲਾ ਜੀ ਬਰੀਡ ਦੀ ਬਲੱਡ ਲਾਈਨ ਦੀ, ਤੇ ਬੜੀ ਜਰਸੀ ਤੇ ਫਰੀਜ਼ਨ ਲੱਗਦੀ, ਅੱਖ ਦਸਤੀ ਏ, ਕੰਨ ਦਸਤੇ ਨੇ ਮਾਸ਼ਾਅੱਲਾ। ਲੇਕਿਨ ਇੱਕ ਹੋਰ ਗੱਲ, ਕੁੰਡੇ ਚ ਪਾਣਾ, ਕੁੰਡੇ ਚ ਗੱਲ ਦਸਤੀ ਰਜੇ ਦਸਤੀ ਹੋਰ, ਕੁੰਡੇ ਚ ਪਾਣਾ ਮੁੜਕਲੀ ਗੱਲ ਫਿਰ ਵਿਖਾਉਂਦੇ ਆ। ਇਹ ਆ ਵੇਖੋ ਤਾਂ ਬਈ, ਪੂਰਾ ਪੂਰਾ ਸਬੱਬ ਹੈ, ਨਹੀਂ ਇਹਦੇ ਚ ਕੋਈ ਸ਼ੱਕ ਨਹੀਂ। 2-3 ਦਿਨ ਹੋਰ ਕੱਢ ਜਾ ਸੀ, 2-3 ਦਿਨ ਕੱਢ ਸੀ ਦੋਸਤੋ ਜੀ। ਇੱਥੇ ਸਬੱਬ ਵੇਖਣਾ ਤੁਸੀਂ, ਲਿਬਾਸ ਦੇ ਉੱਤੇ ਫੋਕਸ ਕਰਨਾ, ਬਰੀਡ ਤੇ ਫੋਕਸ ਕਰਨਾ। ਇਹ ਮਾਸ਼ਾਅੱਲਾ ਗੱਲ ਜਿਹੜੀ ਨਹੀਂ, ਮੁਖਤਸਰ ਵੀ ਹੋਵੇ, ਸੋਹਣੀ ਵੀ ਹੋਵੇ, ਪਰ ਇਹ ਵਾਲੀ ਗੱਲਾਂ ਅਸੀਂ ਨਹੀਂ ਕਰਨੀਆਂ। ਲਿਬਾਸ ਤੁਸੀਂ ਵੇਖ ਲਓ ਤੇ ਡਿਮਾਂਡ 4,65,000 ਰੁਪਿਆ। ਇਸ ਵੈਰ ਦੀ ਡਿਮਾਂਡ ਜਿਹੜੀ ਬਾਈ ਤਾਰਕ ਨੇ ਪਹਿਲੀ ਗਾਂ ਦੀ ਲਾਈ ਹੈ, ਜੇ ਦਿਲ 'ਚ ਲੱਗੀ ਹੋਵੇ ਤੇ ਲਾਈਕ ਕਰਿਓ, ਸ਼ੇਅਰ ਕਰਿਓ, ਮਾਸ਼ਾਅੱਲਾ ਦਾ ਕਮੈਂਟ ਜ਼ਰੂਰ ਕਰਿਓ, ਕਿਉਂਕਿ ਇੰਜ ਦੀਆਂ ਵੈੜਾਂ ਰੋਜ਼ ਰੋਜ਼ ਨਹੀਂ ਜਲਬਦੀਆਂ। ਕਿਉਂਕਿ ਇਹ ਰੇਟ ਜਿਹੜਾ 4,65,000, ਇਹ ਕੋਈ ਫਾਈਨਲ ਤਾਂ ਨਹੀਂ ਨਾ, ਥੋੜੀ ਜਿਹੀ ਗੁੰਜਾਇਸ਼ ਜਿਹੜੀ ਹੈ ਹੋਣੀ ਕਰਦੇ ਪਹਿਲੀ ਗਾਂ ਤੇ ਸੱਟ, ਇੱਕ ਵਾਰੀ ਰੇਟ ਪਤਾ ਲੱਗੇ ਬਰਾਬਰ 4,55,000 ਦਾ ਇਹ ਨਗ ਜੇ
ਪਹਿਲਾ ਜਾਨਵਰ ਤੇ ਮਾਸ਼ਾਅੱਲਾ ਦਿਲ ਖੁਸ਼ ਕਰ ਦਿੱਤਾ। ਉਮੀਦ ਕਰਨਾ ਵੀਡੀਓ ਤੁਹਾਨੂੰ ਬੜੀ ਪਸੰਦ ਆਏਗੀ। ਚਲਤਾ ਦਾਣਾ ਨੰਬਰ 2 ਕੀ ਦੋਸਤੋ ਜੀ, ਜਾਨਵਰ ਨੰਬਰ 2 ਚੈੱਕ ਆਊਟ ਕਰੋ। ਬੜੇ ਹੀ ਸੋਹਣੇ ਜਾਨਵਰ, ਖੁੱਲੇ ਜਾਨਵਰ, ਵੱਡੇ ਲਿਬਾਸ ਵਾਲੇ ਜਾਨਵਰ, ਬਲੱਡ ਲੈਣ ਦੇ ਚੰਗੇ ਜਾਨਵਰ ਤੁਹਾਡੇ ਸਾਹਮਣੇ ਲੈ ਕੇ ਆਏ। ਮੇਰੇ ਉਹ ਦੋਸਤ ਭਰਾ ਜਿਹੜੇ ਮਾਸ਼ਾਅੱਲਾ ਜੀ ਸ਼ੌਕ ਰੱਖਦੇ ਨੇ, ਇੱਕ ਵਾਰੀ ਵੇਖੋ ਜਰਸੀ ਇਹਦੇ 'ਚ ਵੀ ਕ੍ਰਾਸ ਜੇ, ਛੋਟੀ ਬੁੱਤੀ ਹੋਣੇ, ਛੋਟੇ ਕੰਨ, ਮੋਟੀ ਅੱਖ ਹੋਣੀ, ਇਹ ਜਰਸੀ ਦੀ ਨਿਸ਼ਾਨੀ ਹੈ। ਨਾਲ ਫਰੀਜੀਅਨ, ਹਲਕਾ ਜਿਹਾ ਚੋਲਿਸਤਾਨੀ ਦਾ ਟੱਚ ਵੀ ਮੌਜੂਦ ਹੈ। ਬੜੀ ਖੁੱਲੀ ਵੈੜ ਲੇਕਿਨ ਕੱਚੀ। ਮੇਰੇ ਭਾਈ ਦੋਸਤ ਉਹ ਜਿਹੜੇ ਸ਼ੌਕ ਰੱਖਦੇ ਨੇ, ਇਹ ਥੋੜ੍ਹੀ ਜਿਹੀ ਕੱਚੀ ਜ਼ਰੂਰ ਹੈ ਪਰ ਵੈੜ ਬੜੀ ਚੰਗੀ। ਜਗ੍ਹਾ ਚੈੱਕ ਕਰੋ ਜੀ, ਇਹ ਗਵਾਲਿਆਂ ਲਈ। ਅਹਿਮਦ ਭਾਈ ਰਾਵਲਪਿੰਡੀ ਤੋਂ ਮੇਰੇ ਬੜੇ ਗਵਾਲ ਦੇ ਭਰਾ ਨੇ ਆਖਦੇ ਨੇ ਕਿ ਗਵਾਲ ਵਾਲੀ ਕੋਈ ਨਜ਼ਰ ਆਵੇ, ਚੰਗੀ ਸੁਤਰੀ ਆਵੇ, ਮੌਸਮ ਬਰਦਾਸ਼ਤ ਕਰਨ ਵਾਲੀ, ਗਰਮੀ ਬਰਦਾਸ਼ਤ ਕਰਨ ਵਾਲੀ, ਇਹਦੇ ਚੋਂ ਸਾਰੀਆਂ ਕੁਆਲਿਟੀਆਂ ਮੌਜੂਦ ਜੇ। ਤੇ ਆਹ ਚੈੱਕ ਕਰੋ ਜ਼ਰਾ, ਥਣ ਖਿਲੇ ਗਵਾਲ ਵਾਲੀ ਗਾਲ ਹੈ ਨੇ, ਕ੍ਰਾਸ ਚੋਲਿਸਤਾਨੀ ਦਾ ਤੇ ਫਰੀਜ਼ਨ ਦਾ ਹਲਕਾ ਜਿਹਾ ਜਰਸੀ ਵੀ ਮੌਜੂਦ ਹੈ। ਮੂੰਹ ਪੂਰੀ ਹੋਣੀ, ਨਹੀਂ ਛਿੱਗੀ ਨੀ, ਪੂਰੀ ਹੋਣੀ, ਕਨੀਆਂ ਵਾਲੇ ਬਰਾਬਰ ਕਰਦੀ ਪਈ ਹੋਣੀ। ਚਲੋ ਕਰਦੀ ਪਈ ਹੈ, ਵੇਖੋ ਜਾਨਵਰ ਜਿਤਨਾ ਹਾਈਟ ਵੇਟ ਹੈ ਨਾ, ਇਤਨਾ ਇਹਦਾ ਬਣਦਾ। ਅੱਛਾ, ਥਣ ਚਾਰੇ ਸਾਫ ਕੱਢੋ ਬਾਹਰ ਜੀ, ਦਾ ਦੰਦਾਂ ਦੀ ਵੀ ਸੁਥਰੀ, ਥਣਾਂ ਦੀ ਵੀ ਸੁਥਰੀ, ਗਰੰਟੀ ਲੱਭੇਗੀ ਤੇ ਗੱਲ ਵੀ ਸੋਹਣੀ। ਤਾਰਕ ਭਾਈ ਗੱਲ ਵੀ ਸੋਹਣੀ ਤੇ ਸੁਥਰੀ, ਪਿਆਰ 4,55,000 ਦੂਜੀ ਦਾ ਵੀ 4,55,000। ਮਾਰਕੀਟ ਨੂੰ ਮਾਸ਼ਾਅੱਲਾ ਜੀ ਕੰਪੀਟੀਸ਼ਨ ਹੋ ਗਿਆ, ਕੰਪੀਟੀਟਰ ਮਿਲ ਗਿਆ ਤਾਰਕ ਬਾਈ ਦਿਆ ਜਿਹਾ, ਕਿ ਇੰਜ ਦਾ ਜਾਨਵਰ ਇਸ ਰੇਟ ਦੇ ਉੱਤੇ ਤੁਹਾਡੇ ਸਾਹਮਣੇ ਲੈ ਕੇ 4,55,000। ਦਾਣਾ ਨੰਬਰ 2 ਚੱਲਦਾ, ਦਾਣਾ ਨੰਬਰ 3 ਦੋਸਤੋ ਜੀ ਚੈੱਕ ਆਊਟ ਕਰੋ। ਦਾਣਾ ਨੰਬਰ 3 ਸੁਥਰਾ ਮਾਲ, ਕਲਾਸ ਦਾ ਮਾਲ, ਅੱਛੀ ਚੀਜ਼, ਫੋਕਸ ਬਰੀਡ ਤੇ, ਇਹ ਨਿਸ਼ਾਨੀ ਹੈ ਮਾਸ਼ਾਅੱਲਾ ਅੱਛੇ ਫਾਰਮਰ ਦੀ। ਇਹ ਜੂੰਗੀ ਜੇ ਫਰੀਜ਼ੀਆਂ ਨੇ, ਜੂੰਗੀ ਹੈ, ਸਿੰਘ ਆਏ ਨੇ ਤੁਹਾਡੇ ਸਾਹਮਣੇ ਨੇ। ਔਰ ਜੂੰਗੇ ਜਾਨਵਰ ਤੁਹਾਨੂੰ ਪਤਾ ਲੋਕ ਬੜੇ ਪਸੰਦ ਕਰਦੇ ਨੇ, ਖਾਸ ਕਰਕੇ ਗਵਾਲੇ, ਕਿਉਂਕਿ ਇਹਨਾਂ ਨੂੰ ਬਿਮਾਰੀਆਂ ਬੜੀਆਂ ਘੱਟ ਲੱਗਦੀਆਂ ਹਨ। ਜਾਨਵਰ ਅੱਲਾ ਪਾਕ ਸੇ ਤੰਦਰੁਸਤੀ ਦਿੱਤੀ ਰੱਖੇ ਤੇ ਦੁੱਧ ਵਾਲੋ ਨਹੀਂ ਵਹਿਣ ਦਿੰਦੇ, ਜੇ ਅਗਰ ਕ੍ਰਾਸ ਚੰਗੇ ਢੂੰਡ ਕੇ ਲੈ ਆਵਾਂ। ਜਾਨ ਹੈ ਤੇ ਬੰਦੇ ਨੂੰ ਲੈ ਕੇ ਜਾ ਰਹੀ ਹੈ, ਤੁਰਨੋ ਫਿਰ ਔਖੀ ਗਾਂ ਹੈ, ਇਹਦੇ ਕੋਲ ਇਤਨੀ ਜਾਨ ਹੈ ਤੇ ਤੁਰਦੀ ਪਈ ਹੈ, ਤੇ ਫਿਰ ਆਖਦੇ ਅਜੇ ਹਫ਼ਤਾ ਆਰਾਮ ਨਾਲ ਲੈਂਦੇ, ਖੁੱਲੀ ਬੜੀ ਹੈ। ਵੇਖੋ ਜੀ ਖੁੱਲੀ ਤੋਂ ਮੁਰਾਦ ਕੀ ਹੈ, ਜਗ੍ਹਾ ਚੰਗੀ ਹੈ, ਵੈੜ ਕੋਲ ਬਲੱਡ ਲੈਣ ਦੀ ਚੰਗੀ ਹੈ, ਥਣ ਚੰਗਾ ਹੈ, ਔਰ ਸੋਹਣਾ ਵੀ ਜਾਨਵਰ ਹੈ, ਪਰ ਇਹਦਾ ਮੁੱਲ ਉਹਨਾਂ ਨਾਲੋਂ ਬੜਾ ਜਾਇਜ਼ ਹੋਣਾ। ਲਾਈਕ ਕਰਕੇ ਦੱਸਿਓ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੈ। ਬਾਈ ਤਾਰਕ ਨੇ ਮਾਸ਼ਾਅੱਲਾ ਜੀ ਫਿਰ ਤੋਂ ਐਂਟਰੀ ਕੀਤੀ ਹੈ ਤੇ ਅੱਛੀਆਂ ਚੀਜ਼ਾਂ ਦੇ ਨਾਲ ਐਂਟਰੀ ਕੀਤੀ। ਵੇਖੋ ਨਾ ਮੁੱਲ ਵੀ ਜਾਇਜ਼ ਹੋਣ, ਮਾਰਕੀਟ 'ਚ ਚੱਲਣ ਵਾਲੀਆਂ ਚੀਜ਼ਾਂ ਲੈ ਕੇ ਆਏ, ਤੁਹਾਡਾ ਰਿਸਪੋਂਸ ਬਹੁਤ ਹੀ ਜ਼ਰੂਰੀ ਹੈ, ਜਲਦੀ ਰਿਸਪੋਂਸ ਦੇਣਾ। ਚਲਤੇ ਅਗਲੀ ਖੂਬਸੂਰਤ ਬਰੀਡ ਨੰਬਰ ਜੀ 4 ਇੱਕ ਚੋਲਿਸਤਾਨੀ ਫਰੀਜ਼ੀਅਨ, ਇਹ 50-50 ਤੋਂ ਵੀ ਤਕਰੀਬਨ 50-50 ਕੰਮ ਇਹਦਾ ਚੋਲਿਸਤਾਨੀ ਫਰੀਜ਼ੀਅਨ ਦਾ। ਲੇਕਿਨ ਇਹ ਵੇਖਣਾ ਤੁਸੀਂ ਲਿਬਾਸ ਵੱਲੋਂ, ਯੰਗ ਬਲੱਡ ਵੱਲੋਂ, ਇਹ ਮੋਨੀ ਵੈੜ ਹੋਣ ਦੇ ਨਾਲ ਨਾਲ ਖੂਬਸੂਰਤ ਅੱਖ, ਕੰਨ ਚੰਗਾ, ਇਹਨੇ ਟੋਰੀ ਚੱਲ
ਗਰਦਨ ਚੰਗੀ, ਮੂੰਹ ਦੀ ਚੰਗੀ ਸੋਹਣੀ ਲੱਗਦੀ ਹੈ, ਬਾਕੀ ਚੀਜ਼ ਕੀ ਹੈ ਤੁਹਾਡੇ ਸਾਹਮਣੇ? ਥੋੜਾ ਪੈਰ ਚਾਕ ਰੱਖਦੀ ਹੈ ਚੀਜ਼, ਹੋਰ ਕੋਈ ਇਸ਼ੂ ਤੇ ਨਹੀਂ ਨਾ? ਪੁੱਤਰੀ ਇਹ ਹੋ ਜਾਂਦਾ ਗੱਡੀਆਂ ਦੇ ਵਿੱਚ ਜਦੋਂ ਜਾਨਵਰ ਬਿਲਕੁਲ ਜੀ ਨਿਸ਼ਾਨ ਹੈ, ਬਿਲਕੁਲ ਇਨਸ਼ਾਅੱਲਾ ਕੋਈ ਫਰਕ। ਅੱਛਾ ਕੱਚੀ ਪਈ ਆ, ਕੱਚੀ ਮਾਸ਼ਾਅੱਲਾ ਵੇਖੋ ਕਿੰਨੀ ਜਗ੍ਹਾ ਪਈ। ਤਕਰੀਬਨ ਕਿੰਨਾ ਟਾਈਮ? ਅਜੇ 8-10 ਦਿਨ ਕੱਢ ਦਿਆ ਸੀ। ਹਫਤਾ ਨਾਰਮਲ ਹੈ ਜੀ। ਇਹ ਦੰਦ ਮੂੰਹ ਦੀ ਕੀ ਹੈ? ਇਹ ਮੂੰਹ ਚ ਛਿਪਕੀ, ਦੂਸਰਾ ਸੁਗਾ ਵੀ ਇਹ ਦੂਜਾ ਵਾਰਾ 6 ਦੰਦ ਚੋਰਿਸਤਾਨੀ ਕ੍ਰਾਸ, ਚੋਰਿਸਤਾਨੀ ਗਰਮੀ ਸ਼ਰਮ, ਫ੍ਰੀਜ਼ਨ ਚੋਰਿਸਤਾਨੀ, ਕੋਈ ਗਰਮੀ ਵਾਲੀ ਨਹੀਂ। ਤੇ ਇਹ ਇਦੋਂ ਵੀ ਵੇਖ ਲਓ ਜੀ, ਤੁਸੀਂ ਇੱਥੇ ਵੀ ਗੁੱਲੇ ਵੇਖੋ, ਜਾਨਵਰ ਪੂਰਾ ਵੇਖਣਾ ਤੁਹਾਡਾ ਹੱਕ ਬਣਦਾ ਹੈ। ਸਾਡਾ ਮਕਸਦ ਹੈ ਤੁਹਾਨੂੰ ਵਿਖਾਉਣਾ ਇਦਾਂ ਮੁੱਲ ਮਾਸ਼ਾਅੱਲਾ ਜੀ ਮੁਖਤਸਾਰ, ਸਿਰਫ 4.25 ਲੱਖ ਜੀ। ਨਹੀਂ 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 ਵੇਖੋ, ਜਿਨ੍ਹਾਂ ਗਾਵਾਂ ਦੇ ਬਣਦੇ ਹਨ ਮੈਂ ਗੱਲ ਨਹੀਂ ਕੀਤੀ। ਮਾਸ਼ਾਅੱਲਾ ਵੈੜੀ ਬਹੁਤ ਚੰਗੀ ਹੈ ਵੀ ਜੀ, ਇਹ ਵੀ ਚੰਗੀ ਹੈ, ਸਾਨੂੰ ਵੀ ਸਮਝ ਆ। 4-15 ਲੱਖ ਜੀ? ਨਹੀਂ 4-7 ਕਰੋੜ ਤਾਂ ਪਤਾ ਨਹੀਂ, 4-7 ਕਰੋੜ, 3-7 ਕਰੋੜ ਨਾ ਬਣਦਾ ਹੈ। ਚਲੋ ਜੀ ਪੂਰੇ 4 ਦੀ ਕਰ ਦਿਓ, ਹਾਰ 2 ਛੱਡ ਦੇ, 4 ਕਰੋੜ ਦੇ ਬੇਸ਼ੱਕ ਮੌਕੇ ਤੱਕ ਚੈੱਕ ਆਊਟ ਕਰਕੇ ਲਿਜਾ ਸਕਦੇ ਹੋ। ਸਾਡਾ ਮਕਸਦ ਜਾਨਵਰ ਵਿਖਾਉਣਾ, ਡਿਟੇਲ ਬਕੋਲ ਮਾਲਕ ਦੇ ਦੇਣਾ। ਚਲਤੇ ਅਗਲੀ ਬਰੀਡ ਦੋਤੋ ਜੀ, ਦਾਣਾ ਨੰਬਰ ਆ ਗਿਆ 5, ਇਹ ਵੀ ਵੱਡੀ ਬੈੜ ਹੈ। ਇਸ ਤੋਂ ਬਾਅਦ ਵੀਡੀਓ ਦਾ ਪੈਕੇਜ ਆ ਜਾਣਾ ਜੀ, ਬੜੀ ਪਿਆਰਾ ਪੈਚਕ ਤੁਹਾਡੇ ਵਾਸਤੇ ਖਲੋਤਾ, ਤੇ ਆਖੋਗੇ ਕਿ ਵਾਕਈ ਕੋਈ ਪੈਚਕ ਲਾਇਆ। ਅੱਜ ਤਾਰਕ ਬਾਈ ਨੇ ਆਖਿਆ ਮੈਂ ਵੀ ਪੈਚਕ ਦੇਣਾ ਬ੍ਰਾਹਮਣ, ਪਹਿਲਾਂ ਤੁਸੀਂ ਵੈੜ ਵੇਖਣੀ ਹੈ, ਗੋਲ ਘੁਮਾ ਕੇ ਪੂਰੀ ਤਸੱਲੀ ਕਰਾ ਦੋਵਾਂ ਸਾਈਡਾਂ ਦੀ। ਵੱਡਾ ਜਾਨਵਰ ਹੈ, ਇਹ ਵੀ ਕੱਚੀ ਵੈੜ ਹੈ। ਵੇਖੋ ਗਵਾਲਿਆਂ ਵਾਸਤੇ ਵੀ ਮਾਲ ਖਲੋਤਾ ਹੈ, ਘਰ ਰੱਖਣ ਵਾਲੇ ਇੱਕ ਅੱਧੇ ਭਰਾ ਵਾਸਤੇ ਵੀ ਮਾਲ ਖਲੋਤਾ ਹੈ, ਫਾਰਮਿੰਗ ਵਾਲਿਆਂ ਵਾਸਤੇ ਵੀ ਅੱਜ ਵੀਡੀਓ 'ਚ ਮਾਲ ਖਲੋਤਾ। ਜਿਹੜੇ ਫਾਰਮਰ ਨੇ, ਜਿਹੜੇ ਆਹ ਦਿਨ ਅਸੀਂ 25-30 ਲੀਟਰ ਨਾਰਮਲ ਚੁਆਈਆਂ ਕਰਨੀਆਂ, ਅੱਜ ਬਾਈ ਤਾਰਾ ਕੋਲ ਇੰਜ ਦਾ ਮਾਲ ਵੀ ਆ ਜਿਹੜੀਆਂ 20+25-26-26-30 ਲੀਟਰ ਵੀ ਕਰ ਸਕਦੀ, ਇਨਸ਼ਾਅੱਲਾ ਵੱਡੀ ਗਾ 18-20 ਲੀਟਰ ਦੁੱਧ ਕਰਨ ਦਾ ਨਾਰਮਲ ਕਰਨ ਵਾਲੀ। ਵੇਖੋ ਨਾ ਜੀ ਅੱਛੀ ਚੀਜ਼ਾਂ, ਇਸ ਲਈ ਮੈਂ ਤੁਹਾਨੂੰ ਦੱਸਦਾ ਫੋਕਸ ਬਰੀਡਾਂ ਤੇ ਕਰੋ। ਇਹ ਪਹਿਲੇ ਕ੍ਰਾਸ ਕਿਹੜਾ? ਇਹ ਜੀ ਚੋਲਿਸਤਾਨੀ ਦਾ ਕ੍ਰਾਸ, ਗਰਮੀ ਸ਼ਰਮੀ ਦਾ ਕੋਈ ਰੌਲਾ ਨਹੀਂ ਜੀ। ਕਾਨ ਸੋਹਣਾ ਹੈ, ਸੋਹਣਾ ਜੀ, ਮਾਸ਼ਾ ਪਾਵਰ ਵਾਲਾ ਗੁੱਲਾ ਹੈ, ਕੱਟ ਵਾਲਾ ਲਿਬਾਸ ਹੈ, ਖੂਬਸੂਰਤੀ ਹੈ, ਮੂੰਹ ਚ ਪੂਰੀ 3-3 ਸੁਭਾ ਜੀ, 12-3 ਮੂੰਹ ਦੀ ਪੂਰੀ। ਇਹ ਗੱਲ ਤੇ ਹੋਈ ਨਾ, ਗੱਲ ਕਲੀਅਰ ਭਰਾ ਨੇ ਕੀਤੀ ਹੈ, ਕਿਸੇ ਭਰਾ ਨੂੰ ਕੋਈ ਡਾਊਟ ਨਾ ਰਹੇ। ਗੁੱਲਾ ਸੋਹਣਾ, ਬਲੱਡ ਚੰਗਾ, ਗੱਲ ਛੋਟੀ ਜੀ ਹੋਵੇ ਤੇ ਸੋਹਣੀ। ਅੱਛਾ 3-3.5 ਮੁਖਤਸਾਰ ਕੀਤੀ ਸਰ, ਮਾਸ਼ਾਅੱਲਾ। ਦੋਤ ਜੀ ਮਾਲ ਦੇ ਹਿਸਾਬ ਨਾਲ ਮੁੱਲ ਹੁੰਦਾ ਹੈ, ਤੇ ਮਾਲ ਜਿਵੇਂ ਦਾ ਵਿਖਾਇਆ ਮੁੱਲ ਲਾ ਛੱਡਿਆ 3-5, ਅਜੇ ਵੀ ਆਖਰੀ ਗੱਲ ਬਾਕੀ ਹੈ। ਚਲੋ ਜੀ 3,55,000 ਸਾਡਿਆਂ ਦੀ ਪੱਕੀ ਕਰੀਏ। ਚਲੋ ਜੀ ਦੋਤੋ ਜੀ 3,50,000 ਦੀ ਕਿਸੇ ਭਰਾ ਨੂੰ ਆਵੇ ਪਸੰਦ। ਉਮੀਦ ਕੀਤੀ ਜਾਂਦੀ ਹੈ ਕਿ 16-18 ਲੀਟਰ ਦੁੱਧ ਇਹ ਕਰਦੀ ਰਾਸੀ, ਜਿਤਨਾ ਇਹਦੇ ਕੋਲ ਲਿਬਾਸ ਹੈ ਸਬਾਬ ਹੈ, ਥੋੜੀ ਜਿਹੀ ਸਾਂਭ ਕਰਨ ਵਾਲੇ ਭਰਾ ਵਾਸਤੇ ਸੋਨਾ ਜੇ, ਜਿਸ ਥੋੜੀ ਜਿਹੀ ਸਾਂਭ ਲਈ ਉਹ ਮਾਸ਼ਾ ਜੀ ਚੰਗਾ ਜਿਹਾ ਦੁੱਧ ਲੈ ਜਾ ਸੀ। ਚਲਤੇ ਅੱਜ ਕਿਹੜੇ ਕੀ ਆਖਰੀ ਖੂਬਸੂਰਤ ਪੈਚਕ ਕੀ ਤਰ੍ਹਾਂ ਦੋਤੋ ਜੀ, ਅੱਜ ਦੀ ਵੀਡੀਓ ਦਾ ਹੈਵੀ ਵੇਟ ਦਾਣਾ ਖਾਂਗੜ ਬਾਖੜੀ, ਜਿਹੜੇ ਤਿਆਰ ਜਾਨਵਰ ਨਹੀਂ ਲੈ ਸਕਦੇ। ਏਡੀ ਵੱਡੀ ਤਿਆਰ ਹੋਈ ਹੋਈ ਗਾਂ, ਇਹ ਗੱਬਣ ਖਲੋਤੀ ਹੁੰਦੀ ਤੇ 4.5-5 ਲੱਖ ਅੱਜ ਦੀ ਕੀਮਤ ਸੀ। ਇਸ ਟਾਈਮ ਉਹਨਾਂ ਭਰਾਵਾਂ ਦਾ ਫਾਇਦਾ ਜਿਹੜੇ ਸੰਭਾਲ ਸਕਦੇ ਨੇ, ਮਾਸ਼ਾਅੱਲਾ ਚੋਲਿਸਤਾਨੀ ਕ੍ਰਾਸ, ਗਰਮੀ ਸ਼ਰਮੀ ਦਾ ਕੋਈ ਰੌਲਾ ਨਹੀਂ। ਉਹ ਭਰਾ ਜਿਹੜੇ ਆਖਦੇ ਨਾ ਕਿ ਅਸੀਂ ਜਾਨਵਰ ਲਿਜਾ ਕੇ ਤਿਆਰ ਕਰ ਲਵੀਏ ਤੇ ਫਾਇਦਾ ਲੈ ਲਵੀਏ, ਉਹਨਾਂ ਭਰਾਵਾਂ ਲਈ ਆਈ ਫਾਇਦਾ ਜੇ। ਕੁਆਲਿਟੀ ਤੁਹਾਡੇ ਸਾਹਮਣੇ ਆ, ਬਰੀਡ ਸਾਹਮਣੇ, ਇੰਜ ਇੰਜ ਮੱਠਾ ਮੱਠਾ ਸਲੋ ਸਲੋ ਲਈ ਆ ਉੱਤੇ ਖਿਲਾਰ। ਤਾਰਕ ਬਾਈ ਦੁੱਧ ਕਿੰਨਾ ਗੱਬਣ ਹੈ ਨਹੀਂ ਹੈ, ਕੀ ਸੀ ਨੇ ਪੂਰੀ ਗੱਲ? 10 ਕਿਲੋ ਦੁੱਧ ਸਦੂ ਹਟੇ ਮਾਦਾ, ਪਰ ਤੁਸੀਂ 9 ਕਿਲੋ ਕਰੋਗੇ। ਅਸੀਂ ਬਾਈ ਜੀ 8 ਕਿਲੋ ਕਰਨਾ, ਵਜ੍ਹਾ ਕੀ ਹੈ? ਜਿਹੜਾ ਵੀ ਮਾਲਕ ਦੱਸਦਾ ਹੈ ਨਾ, ਅਸੀਂ ਕਿਲੋ 2 ਕਿਲੋ ਘੱਟ ਹੀ ਦੱਸਣੇ। ਖਾਂਗੜੇ ਨਾ ਦੱਸਦਾ ਪਿਆ ਬਾਇਆ ਸੀ ਕਿ ਦੁੱਧ ਕਰਨ ਵਾਲੀ ਹੈ, ਜਿਹੜਾ ਵੱਡਾ ਜਾਨਵਰ ਹੈ।
ਅੱਗੋਂ ਨਵੀਂ ਸ਼ਮੀ ਨਵੀਂ ਤਕਰੀਬਨ ਡੇਢ ਇੱਕ ਮਹੀਨੇ ਦੀ ਜਿਹੜੀ ਸਿਮ ਰੱਖੀ ਹੋਈ ਪਰ ਗਰੰਟੀ ਸੀ ਨਾ ਉਹਦੇ ਪਿਛਲਾ ਮਾਲਕ ਕਹਿੰਦਾ ਸੀ ਅਸੀਂ ਬਣੀ ਮਾਲਕ ਦੱਸਿਓ ਜਿਹੜੀ ਉਹ ਗਰੰਟੀ ਆ ਲੋ ਜੀ ਇਸ ਗੱਲ ਦੀ ਗਰੰਟੀ ਕੋ ਨਹੀਂ ਜੀ ਬਾਕੀ ਗੱਬਣ ਰਵੇ ਨਾ ਰਵੇ ਇਹ ਜੋ ਕੁਝ ਹੈ ਇਹ ਸਾਹਮਣੇ ਹੈ ਤੁਹਾਡੀ ਹੈ ਫਿਰ ਇਹ ਨਾ ਆਖੋ ਕਿ ਗੱਬਣ ਕਰਕੇ ਲਈ ਆਈ ਇਹ ਖਾਲੀ ਜਿਸ ਟਾਈਮ ਅਸੀਂ ਖਾਲੀ ਕਰਕੇ ਲਾ ਰਹੇ ਜੀ ਦੁੱਧ 8 ਕਿਲੋ 7 8 ਕਿਲੋ ਦੇਖੋ ਦੋਵਾਂ ਟਾਈਮ 8 ਕਿਲੋ ਹੁਣ ਦੱਸਦੇ ਪਏ ਇਨਸ਼ਾਅੱਲਾ ਇਹ ਨਾ ਬਿਸਾਮ ਬੜੀ ਜਿਸ ਥਾਮ ਲੈਂਦੇ ਬਰਾ ਇਨਸ਼ਾਅੱਲਾ ਹੁਣ ਵੀ 12 13 ਕਰ ਰਹੇ ਸੀਗੇ ਗਰੰਟੀ ਦਾ ਜੀ ਦੰਦੋਂ ਮੋ ਪੂਰੀ ਪੂਰੀ ਹੈ ਪੈਚਕ ਕੀ ਇਹ ਦੂਸਰਾ ਪੈਚਕ ਕੀ ਹੈ ਪੈਚਕ ਤਿਆਰ ਹੁੰਦੀ ਮੈਂ ਵੀ ਦੱਸਿਆ 4.5 ਦੀ ਨਾਰਮਲ ਹੈ ਜਿਹੜਾ ਕੱਦ ਬੁੱਤ ਹੈ ਅੱਜ 2,35,000 ਵੱਡਾ ਜਾਨਵਰ ਲਾਈਕ ਸ਼ੇਅਰ ਕਰਕੇ ਜ਼ਰੂਰ ਦੱਸਿਓ ਆਖਰੀ ਹੀਰਾ ਸੀ ਬਾਈ ਤਾਰਕ ਕੋਲ ਲੋਕੇਸ਼ਨ ਮਿਆਨਾ ਗੁੰਦਲ ਹੈ ਔਰ ਸਾਲਮ ਤੋਂ 14-15 ਕਿਲੋਮੀਟਰ ਇੱਥੇ ਤੱਕ ਦਾ ਟੋਟਲ ਟਰੈਵਲ ਹੈ 10 ਮਿੰਟ ਟੋਟਲ ਲੱਗਦੇ ਨੇ ਮੋਟਰਵੇ ਲੈ ਕੇ ਤੱਕ ਆਉਣ ਤੱਕ ਅੱਛੀ ਕੁਆਲਿਟੀ ਤੁਹਾਡੇ ਵਾਸਤੇ 24 ਘੰਟੇ ਦਸਤਿਆਬ ਹੈ ਦੋਵਾਂ ਯਾਦ ਰੱਖੋ ਖੁਸ਼ ਅੱਲਾ ਹਾਫਿਜ਼ ਜੀ ਪਾਕਿਸਤਾਨ ਜ਼ਿੰਦਾਬਾਦ।